ਤਾਂ ਦੱਸ ਦੇ ਕਿ ਇੱਕ ਮਹੀਨੇ ਤੋਂ ਗੁੰਮਸ਼ੁਦਾ ਬੱਚੀ ਦੀ ਇਹ ਮਾਂ ਇਨਸਾਫ ਮੰਗ ਰਹੀ ਹੈ ਕਿਉਂਕਿ ਇਸ ਦੀ ਬੱਚੀ ਦਾ ਹਾਲੇ ਤੱਕ ਕੋਈ ਵੀ ਪਤਾ ਨਹੀਂ ਲੱਗਿਆ ਅਤੇ ਇਹਨਾਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਪਰਿਵਾਰ ਦੇ ਵੱਲੋਂ ਪੁਲਿਸ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਇਹ ਪੁਲਿਸ ਥਾਣੇ ਦੇ ਬਾਹਰ ਬੈਠ ਜਾਂਦੇ ਨੇ ਅਤੇ ਧਰਨਾ ਪ੍ਰਦਰਸ਼ਨ ਕਰਦੇ ਨੇ ਜਿਸ ਤੋਂ ਬਾਅਦ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਹਾਲੇ ਤੱਕ ਉਸਦੀ ਬੱਚੀ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਤਾਂ ਦੱਸ ਦਈਏ ਕਿ ਮਾਮਲਾ ਦੀਨਾਨਗਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਾਬਾਲਿਗ ਬੱਚੀ ਕਰੀਬ ਇੱਕ ਮਹੀਨੇ ਤੋਂ ਲਾਪਤਾ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪਰਿਵਾਰ ਉਸਨੂੰ ਲੱਭਣ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਪਰ ਹਾਲੇ ਤੱਕ ਵੀ ਕੋਈ ਸੂਹ ਨਹੀਂ ਮਿਲੀ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਦੋਂ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਥੱਕ ਹਾਰ ਕੇ ਪਰਿਵਾਰ ਫਿਰ ਥਾਣੇ ਦੇ ਬਾਹਰ ਧਰਨਾ ਲਗਾ ਦਿੰਦਾ ਹੈ ਅਤੇ ਇਸ ਹਾਈਵੇ ਨੂੰ ਜਾਮ ਕਰ ਦਿੰਦਾ ਜਿਸ ਕਾਰਨ ਮੌਕੇ 'ਤੇ ਵੱਡਾ ਜਾਮ ਵੀ ਲੱਗ ਜਾਂਦਾ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜੋ ਕਿ ਕਰੀਬ ਇੱਕ ਮਹੀਨੇ ਤੋਂ ਆਪਣੀ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹਾਲੇ ਤੱਕ ਉਸਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਮੇਰੀ ਸਿਸਟਰ ਦੀ ਲੜਕੀ ਹੈ ਜੀ, ਇੱਕ ਮਹੀਨਾ ਹੋ ਗਿਆ ਭਾਈ ਇੱਥੇ ਨਾ ਸਾਡੀ ਬੇਟੀ 26 ਤਰੀਕ ਨੂੰ ਗੈਪ ਹੈ, ਅਸੀਂ 26 ਤਰੀਕ ਵੀ ਆਏ ਰਿਪੋਰਟ ਲਿਖਾਉਣ, 27 ਤਰੀਕ ਵੀ ਆਏ ਹੈ ਅਤੇ 28 ਤਰੀਕ ਵੀ ਆਏ ਹੈ ਅਤੇ ਆਪਣਾ ਜਿਹੜਾ ਆਪਣਾ ਇੱਥੇ ਹੈਗਾ ਮੁਨਸ਼ੀ ਹੈਗਾ ਠੀਕ ਹੈ ਜੀ, ਉਹਨੂੰ ਅਸੀਂ ਲਿਖਾਇਆ ਜੀ, ਆਪਣੀ ਉਹਨੂੰ ਲਿਖਾਈ ਅਸੀਂ ਭਾਈ ਆਪਣਾ ਮਤਲਬ ਸਾਡੇ ਰਿਪੋਰਟ ਲਿਖੋ ਸਾਡੀ, ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਡੇ ਕੋਲ ਟਾਈਮ ਨਹੀਂ ਹੈਗਾ, ਤੁਸੀਂ ਬਾਹਰੋਂ ਲਿਖਾ ਕੇ ਲਿਆਓ। ਅੱਜ ਜਦੋਂ ਇੱਥੇ ਆਣ ਕੇ ਮਹੀਨੇ ਬਾਅਦ ਅਸੀਂ ਗੱਲ ਕੀਤੀ ਹੈ ਤਾਂ ਮੁਨਸ਼ੀ ਮੈਨੂੰ ਮਾਰਨ ਨੂੰ ਪੈਣ ਡਿਆ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋਈ, ਇੱਕ ਮਹੀਨਾ ਹੋ ਗਿਆ ਪੂਰਾ ਜੀ। ਤੁਹਾਡੀ ਮੇਨ ਮੰਗ ਕੀ ਹੈ? ਮੰਗ ਭਾਈ ਇਹੀ ਹੈ, ਕੁੜੀ ਸਾਡੀ ਜਿੱਥੇ ਹੈਗੀ ਹੈ ਉਹ ਪਤਾ ਲੱਗੇ, 26 ਤਰੀਕ ਦੀ ਗੈਪ ਹੈ, 29 ਤਰੀਕ ਟਰੇਸ ਕੀਤੀ ਕਾਲ, ਟਰੇਸ ਭਾਈ 3 ਦਿਨ ਦੀ ਲੋਕਲੀ ਪਠਾਨਕੋਟ ਇੱਥੇ ਦੀ ਵੀਰਾਨਗਰ ਦੀ ਆਈ ਹੈ, ਅਜੇ ਤੱਕ ਕੋਈ ਪਤਾ ਨਹੀਂ ਲੱਗਦਾ। ਸਾਡੀ ਬਸ ਸਰਕਾਰ ਤੋਂ ਮੰਗ ਹੈਗੀ ਹੈ ਅਤੇ ਸਾਡੀ ਕੀਤੀ ਜਾਏ, ਬਾਕੀ ਅਸੀਂ ਆਮ ਆਦਮੀ ਪਾਰਟੀ ਕਟਾਰੂ ਚੱਕ ਦੇ PA ਨੂੰ ਵੀ ਫੋਨ ਕੀਤਾ, ਉਹ ਵੀ ਕਹਿੰਦਾ ਜੀ ਸਾਡੇ ਕੋਲ ਕੋਈ ਨਹੀਂ ਹੈਗਾ ਐਕਸ਼ਨ ਹੈਗਾ। ਹਾਂਜੀ ਤਾਂ ਦੱਸ ਦਈਏ ਕਿ ਇੱਕ ਮਹੀਨੇ ਤੋਂ ਗੁੰਮਸ਼ੁਦਾ ਬੱਚੀ ਦੀ ਇਹ ਮਾਂ ਇਨਸਾਫ ਮੰਗ ਰਹੀ ਹੈ ਕਿਉਂਕਿ ਇਸ ਦੀ ਬੱਚੀ ਦਾ ਹਾਲੇ ਤੱਕ ਕੋਈ ਵੀ ਪਤਾ ਨਹੀਂ ਲੱਗਿਆ ਅਤੇ ਇਹਨਾਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਪਰਿਵਾਰ ਦੇ ਵੱਲੋਂ ਪੁਲਿਸ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਇਹ ਪੁਲਿਸ ਥਾਣੇ ਦੇ ਬਾਹਰ ਬੈਠ ਜਾਂਦੇ ਨੇ ਅਤੇ ਧਰਨਾ ਪ੍ਰਦਰਸ਼ਨ ਕਰਦੇ ਨੇ ਜਿਸ ਤੋਂ ਬਾਅਦ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਹਾਲੇ ਤੱਕ ਉਸਦੀ ਬੱਚੀ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਤਾਂ ਦੱਸ ਦਈਏ ਕਿ ਮਾਮਲਾ ਦੀਨਾਨਗਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਾਬਾਲਿਗ ਬੱਚੀ ਕਰੀਬ ਇੱਕ ਮਹੀਨੇ ਤੋਂ ਲਾਪਤਾ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪਰਿਵਾਰ ਉਸਨੂੰ ਲੱਭਣ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਪਰ ਹਾਲੇ ਤੱਕ ਵੀ ਕੋਈ ਸੂਹ ਨਹੀਂ ਮਿਲੀ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਦੋਂ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਥੱਕ ਹਾਰ ਕੇ ਪਰਿਵਾਰ ਫਿਰ ਥਾਣੇ ਦੇ ਬਾਹਰ ਧਰਨਾ ਲਗਾ ਦਿੰਦਾ ਹੈ ਅਤੇ ਇਸ ਹਾਈਵੇ ਨੂੰ ਜਾਮ ਕਰ ਦਿੰਦਾ ਜਿਸ ਕਾਰਨ ਮੌਕੇ 'ਤੇ ਵੱਡਾ ਜਾਮ ਵੀ ਲੱਗ ਜਾਂਦਾ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ
ਜੋ ਕਿ ਕਰੀਬ ਇੱਕ ਮਹੀਨੇ ਤੋਂ ਆਪਣੀ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਹਾਲੇ ਤੱਕ ਉਸਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਮੇਰੀ ਸਿਸਟਰ ਦੀ ਲੜਕੀ ਹੈ ਜੀ, ਇੱਕ ਮਹੀਨਾ ਹੋ ਗਿਆ ਭਾਈ ਇੱਥੇ ਨਾ, ਸਾਡੀ ਬੇਟੀ 26 ਤਰੀਕ ਨੂੰ ਗੈਪ ਹੈ। ਅਸੀਂ 26 ਤਰੀਕ ਵੀ ਆਏ ਰਿਪੋਰਟ ਲਿਖਾਉਣ, 27 ਤਰੀਕ ਵੀ ਆਏ ਹੈ ਅਤੇ 28 ਤਰੀਕ ਵੀ ਆਏ ਹੈ। ਅਤੇ ਆਪਣਾ ਜਿਹੜਾ ਆਪਣਾ ਇੱਥੇ ਹੈਗਾ ਮੁਨਸ਼ੀ ਹੈਗਾ, ਠੀਕ ਹੈ ਜੀ, ਉਹਨੂੰ ਅਸੀਂ ਲਿਖਾਇਆ ਜੀ, ਆਪਣੀ ਉਹਨੂੰ ਲਿਖਾਈ ਅਸੀਂ ਭਾਈ ਆਪਣਾ ਮਤਲਬ ਸਾਡੇ ਰਿਪੋਰਟ ਲਿਖੋ ਸਾਡੀ। ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਡੇ ਕੋਲ ਟਾਈਮ ਨਹੀਂ ਹੈਗਾ, ਤੁਸੀਂ ਬਾਹਰੋਂ ਲਿਖਾ ਲਿਓ। ਅੱਜ ਜਦੋਂ ਇੱਥੇ ਆਣ ਕੇ ਮਹੀਨੇ ਬਾਅਦ ਅਸੀਂ ਗੱਲ ਕੀਤੀ ਹੈ ਤਾਂ ਮੁਨਸ਼ੀ ਮੈਨੂੰ ਮਾਰਨ ਨੂੰ ਪੈਣ ਡਿਆ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋਈ, ਇੱਕ ਮਹੀਨਾ ਹੋ ਗਿਆ ਪੂਰਾ ਜੀ। ਤੁਹਾਡੀ ਮੰਗ ਮੇਨ ਮੰਗ ਕੀ ਹੈ? ਮੰਗ ਭਾਈ ਇਹੀ ਹੈ, ਕੁੜੀ ਸਾਡੀ ਜਿੱਥੇ ਹੈਗੀ ਹੈ ਉਹ ਪਤਾ ਲੱਗੇ, 26 ਤਰੀਕ ਦੀ ਗੈਪ ਹੈ, 29 ਤਰੀਕ ਟਰੇਸ ਕੀਤੀ ਕਾਲ, ਟਰੇਸ ਭਾਈ 3 ਦਿਨ ਦੀ ਲੋਕਲੀ ਪਠਾਨਕੋਟ ਇੱਥੇ ਦੀ ਵੀਰਾਨਗਰ ਦੀ ਆਈ ਹੈ, ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਭਾਈ। ਸਾਡੀ ਬਸ ਸਰਕਾਰ ਤੋਂ ਮੰਗ ਹੈਗੀ ਹੈ ਅਤੇ ਸਾਡੀ ਕੀਤੀ ਜਾਏ। ਬਾਕੀ ਅਸੀਂ ਆਮ ਆਦਮੀ ਪਾਰਟੀ ਕਟਾਰੂ ਚੱਕ ਦੇ PA ਨੂੰ ਵੀ ਫੋਨ ਕੀਤਾ, ਉਹ ਵੀ ਕਹਿੰਦਾ ਜੀ ਸਾਡੇ ਕੋਲ ਕੋਈ ਨਹੀਂ ਹੈਗਾ ਐਕਸ਼ਨ ਹੈਗਾ। ਹਾਂਜੀ।